प्रोग्राम सांझ विचार देख रहे सारे दर्शकों का बहुत बहुत स्वागत करते हैं। असी कोशिश करते हैं कि किसी खास विषय पर विचार चर्चा करके महत्वपूर्ण जानकारी थोड़े तक सांझी कर सकीए। मेरे नाल लाइन ते मौजूद ने नवजीत। नवजीत, थोड़ा बहुत बहुत स्वागत है। हाँ जी जी, बहुत बहुत शुक्रिया जी। जी जी, सब तो पहला गल करते हैं करोना की। करोना के हालात विगड़ते जा रहे हैं, गल शुरू करते हैं दिल्ली तो। दिल्ली दे विच लॉकडाउन तो बाद जिहड़ियां छोटां सरकार ने प्रदान कीतियां सी, वो छोटां हुण वापस ले लईयां गईयां ने करोना नूं देखदे होए। नवजीत, इस बारे दर्शकां नूं थोड़ा जाणू करवाओ। संदीप जी, गल तुहाडी बिलकुल सही है। करोना अजे तक हटण दा नाम नहीं लै रहा, सगों ये कहना हुण वाजब होवेगा कि करोना एक बार फिर तो तेज रफ्तार फड़िया। ਤੁਸੀਂ ਦਿੱਲੀ ਦੀ ਗੱਲ ਕੀਤੀ ਹੈ ਕਿ ਆ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਛੋਟਾਂ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਦਿੱਲੀ ਵਿੱਚ ਹੁਣ ਤੱਕ ਸੰਦੀਪ 4,99,000 ਕੇਸ ਸਾਹਮਣੇ ਆ ਚੁੱਕੇ ਨੇ। ਹਾਲਾਂਕਿ ਚੰਗੀ ਖਬਰ ਹੈ ਕਿ 4,41,000 ਮਰੀਜ਼ ਠੀਕ ਵੀ ਹੋਏ ਨੇ, ਪਰ ਦੁੱਖਦਾਈ ਖਬਰ ਨਾਲ ਇਹ ਹੈ ਕਿ 7,713 ਤੋਂ ਵੱਧ ਲੋਕਾਂ ਦੀ ਹੁਣ ਤੱਕ ਮੌਤ ਚੁੱਕੀ ਹੈ। ਪ੍ਰੋਗਰਾਮ ਚੱਲਦੇ ਤੱਕ ਇਹ ਅੰਕੜਾ ਇੱਥੇ ਹੈ, ਹੋ ਸਕਦਾ ਸਵੇਰ ਤੱਕ ਵੱਧ ਜਾਵੇ। ਕੱਲ ਸ਼ਾਮ ਤੱਕ ਮੌਤਾਂ ਦੀ ਗਿਣਤੀ ਤੇ ਕੇਸਾਂ ਦੀ ਗਿਣਤੀ ਦੋਨੇ ਵੱਧ ਜਾਣ। ਉਮੀਦ ਤਾਂ ਇਹੀ ਕਰਦੇ ਹਾਂ ਕਿ ਇੱਥੇ ਹੀ ਅੰਕੜਾ ਠੱਪ ਹੋ ਜਾਵੇ, ਰੁਕ ਜਾਵੇ, ਪਰ ਹਾਲਾਤ ਅਜੇ ਇਸ ਤਰ੍ਹਾਂ ਦੇ ਲੱਗਦੇ ਆ ਕਿ ਕੇਸ ਹੋਰ ਦਿਨੋ ਦਿਨ ਵਧਣਗੇ। ਤੁਸੀਂ ਦੇਖੋ ਕਿ ਅੱਜ ਦੇ ਦਿਨ ਚ, ਕੱਲ ਦੇ ਦਿਨ ਚ ਤੇ ਉਹ ਤੋਂ ਇੱਕ ਦਿਨ ਪਹਿਲਾਂ, 3 ਦਿਨਾਂ ਵਿੱਚ ਕੋਰੋਨਾ ਨੇ ਰਫਤਾਰ ਬਹੁਤ ਜ਼ਿਆਦਾ ਫੜੀ ਆ, ਜਿਹਨੂੰ ਦੇਖਦੇ ਹੋਏ ਕੁਝ ਇਲਾਕਿਆਂ ਵਿੱਚ ਲਾਕਡਾਊਨ ਦੁਬਾਰਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਕੁਝ ਛੋਟਾਂ ਦਿੱਤੀਆਂ ਸੀ, ਪਰ ਹੁਣ ਉਹ ਛੋਟਾਂ ਵਾਪਸ ਲੈਣ ਦੀ ਗੱਲ ਕਹੀ ਜਾ ਰਹੀ ਹੈ, ਕਿਉਂਕਿ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ। ਇੱਕ ਛੋਟ ਦਿੱਤੀ ਸੀ ਉਹਨਾਂ ਨੇ, ਵਿਆਹ ਸਮਾਗਮ ਵਿੱਚ 200 ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦੀ, ਪਰ ਹੁਣ ਉਹ ਵੀ ਵਾਪਸ ਲੈ ਕੇ ਕੇਵਲ 50 ਲੋਕ ਹੀ ਵਿਆਹ ਸਮਾਗਮ ਵਿੱਚ ਜਾ ਸਕਣਗੇ, ਇਹ ਗੱਲ ਕਹੀ ਜਾ ਰਹੀ ਹੈ। ਦੂਜੇ ਪਾਸੇ ਹੌਟਸਪੌਟ ਕੁਝ ਇਲਾਕੇ ਬਣਾਏ ਸੀ, ਭੀੜ ਭਾੜ ਵਾਲੇ ਬਾਜ਼ਾਰ ਸੀ, ਉਹਨਾਂ ਨੂੰ ਅਸਥਾਈ ਰੂਪ ਨਾਲ ਬੰਦ ਕਰਨ ਦੀ ਆਗਿਆ ਕੇਂਦਰ ਸਰਕਾਰ ਤੋਂ ਮੰਗੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਤੋਂ ਬਿਨਾਂ ਕੇਂਦਰ ਆਪਣੀ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਕੁਝ ਫੈਸਲੇ ਨਹੀਂ ਲੈ ਸਕਦੀ ਸੀ, ਇਸ ਕਰਕੇ ਕੇਂਦਰ ਸਰਕਾਰ ਤੋਂ ਕੁਝ ਇਜਾਜ਼ਤ ਮੰਗੀ ਗਈ ਹੈ ਤਾਂ ਕਿ ਭੀੜ ਭਾੜ ਵਾਲੇ ਇਲਾਕਿਆਂ ਵਿੱਚ, ਬਾਜ਼ਾਰਾਂ ਵਿੱਚ ਫਿਰ ਦੁਬਾਰਾ ਤੋਂ ਲਾਕਡਾਊਨ ਲਗਾਇਆ ਜਾ ਸਕੇ, ਤਾਂ ਕਿ ਲੋਕ ਉੱਥੇ ਜਿਹੜੇ ਘੱਟ ਗਿਣਤੀ ਇਕੱਠੇ ਹੋਣ। ਸੰਦੀਪ, ਹਾਂਜੀ, ਇਹ ਬਿਲਕੁਲ ਮਾੜੀ ਖਬਰ ਆ ਕਿ ਕੋਰੋਨਾ ਦੇ ਜਿਹੜੇ ਕੇਸ ਆ ਘਟਣ ਦਾ ਨਾਮ ਨਹੀਂ ਲੈ ਰਹੇ। ਦਿੱਲੀ ਦੇ ਵਿੱਚ ਲਾਕਡਾਊਨ ਦੀ ਫਿਰ ਤਿਆਰੀ ਕੀਤੀ ਜਾ ਰਹੀ ਆ ਜਿਸ ਤਰ੍ਹਾਂ ਤੁਸੀਂ ਦੱਸਿਆ। ਅਗਰ ਗੱਲ ਕਰੀਏ ਹੁਣ ਅਸੀਂ ਇੰਗਲੈਂਡ ਦੀ, ਤੇ ਉੱਧਰ ਕੋਰੋਨਾ ਦੇ ਕੇਸ ਬੜੀ ਤੇਜ਼ੀ ਦੇ ਨਾਲ, ਬੜੀ ਰਫਤਾਰ ਦੇ ਨਾਲ ਵੱਧ ਰਹੇ ਨੇ, ਇਸ ਬਾਰੇ ਤੁਹਾਡਾ ਕੀ ਕਹਿਣਾ? ਜੀ ਸੰਦੀਪ, ਲਾਕਡਾਊਨ ਲਾਉਣ ਦੀ ਚਰਚਾ ਹੈ ਦਿੱਲੀ ਵਿੱਚ, ਖਬਰਾਂ ਨੇ, ਹੋ ਸਕਦਾ ਕਿ ਲਗਾ ਦਿੱਤਾ ਜਾਵੇ, ਹੋ ਸਕਦਾ ਕਿ ਸਰਕਾਰ ਨਾ ਲਗਾਵੇ, ਪਰ ਇਸ ਤਰ੍ਹਾਂ ਦੀ ਚਰਚਾ ਜਿਹੜੀ ਹੈ ਫੈਲੀ ਹੋਈ ਹੈ। ਹੁਣ ਗੱਲ ਕਰਦੇ ਹਾਂ ਇੰਗਲੈਂਡ ਦੀ, ਤੁਸੀਂ ਗੱਲ ਕੀਤੀ ਸੰਦੀਪ, ਇੰਗਲੈਂਡ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਇਹ ਹੈ ਕਿ ਦੂਜੇ ਦੌਰ ਦੀ ਕੋਰੋਨਾ ਇਨਫੈਕਸ਼ਨ ਜਿਹੜੀ ਆ ਬਹੁਤ ਤੇਜ਼ੀ ਨਾਲ ਫੈਲਦੀ। ਹਾਲਾਂਕਿ ਬੀਤੇ ਦਿਨ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਜਿਹੜੇ ਨੇ, ਉਹਨਾਂ ਨੇ ਖੁਦ ਨੂੰ ਆਈਸੋਲੇਟ ਕਰ ਲਿਆ, ਇਕਾਂਤਵਾਸ ਕਰ ਲਿਆ, ਕਿਉਂਕਿ ਇੱਕ ਕੋਰੋਨਾ ਪੋਜ਼ਿਟਿਵ ਵਿਅਕਤੀ ਦੇ ਉਹ ਸੰਪਰਕ ਵਿੱਚ ਆਏ ਸੀ। ਇਸ ਤੋਂ ਪਹਿਲਾਂ ਵੀ ਬੋਰਿਸ ਜੌਨਸਨ ਨੂੰ ਆਪਣੇ ਮਈ ਮਹੀਨੇ ਵਿੱਚ ਕੋਰੋਨਾ ਵਾਇਰਸ ਹੋ ਚੁੱਕਿਆ, ਉਸ ਤੋਂ ਬਾਅਦ ਬਹੁਤ ਅਹਤਿਆਤ ਵਰਤ ਰਹੇ ਨੇ, ਪਰ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੇ ਆਪ ਨੂੰ ਸੁਰੱਖਿਆ ਲਈ ਇਕਾਂਤਵਾਸ ਕਰ ਲਿਆ। ਜੇਕਰ ਕੋਰੋਨਾ ਦੇ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਇੰਗਲੈਂਡ ਵਿੱਚ ਵੀ ਕੋਰੋਨਾ ਦੇ ਕੇਸ ਨੇ ਕਾਫੀ ਤੇਜ਼ੀ ਨਾਲ ਵੱਧ ਰਹੇ ਨੇ। 13,90,681 ਕੇਸ ਹੁਣ ਤੱਕ ਹੋ ਚੁੱਕੇ ਨੇ ਤੇ 52,147 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਲਿਵਰਪੂਲ ਵਿੱਚ ਕੁਝ ਅਜਿਹੇ ਕੇਸ ਸਾਹਮਣੇ ਆਏ ਨੇ, ਤਕਰੀਬਨ 700 ਦੇ ਕਰੀਬ ਅਜਿਹੇ ਮਾਮਲੇ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਦੇਖਣ ਨੂੰ ਮਿਲੇ ਨੀ, ਪਰ ਉਹਨਾਂ ਨੂੰ ਕੋਰੋਨਾ ਵਾਇਰਸ ਨਿਕਲਿਆ। ਹੁਣ ਪਹਿਲਾਂ ਵੀ ਇਹੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਸੀ ਕਿ ਕੁਝ ਲੋਕਾਂ ਵਿੱਚ ਲੱਛਣ ਦਿਖਾਈ ਨਹੀਂ ਦਿੰਦੇ, ਪਰ ਉਹਨਾਂ ਜੋ ਟੈਸਟ ਕੀਤਾ ਜਾਂਦਾ ਤਾਂ ਕੋਰੋਨਾ ਪੋਜ਼ਿਟਿਵ ਪਾਏ ਜਾ ਰਹੇ ਨੇ। ਇੱਕ ਪਬਲਿਕ ਹੈਲਥ ਡਿਪਾਰਟਮੈਂਟ ਆ ਇੰਗਲੈਂਡ ਦਾ, ਉਹਦਾ ਉੱਥੇ ਦੇ ਡਾਇਰੈਕਟਰ ਨੇ ਡਾਕਟਰ ਸੂਜਨ ਦੱਸ ਰਹੇ ਨੇ ਕਿ ਪਿਛਲੇ 10 ਦਿਨਾਂ ਵਿੱਚ ਤਕਰੀਬਨ 1,00,000 ਲੋਕਾਂ ਦਾ ਟੈਸਟ ਹੋਇਆ ਆ। ਇਹਦੇ ਵਿੱਚ 2,000 ਫੌਜੀ ਵੀ ਜਿਹੜੇ ਸੀਗੇ ਉੱਥੇ ਤਾਇਨਾਤ ਕੀਤੇ ਗਏ ਸੀ, ਕਿਉਂਕਿ ਬਹੁਤ ਸਾਰੇ ਲੋਕ ਆ ਜਿਹੜੇ ਟੈਸਟ ਕਰਵਾਉਣ ਨੂੰ ਮੰਨਦੇ ਨੀ, ਇਸ ਕਰਕੇ ਉੱਥੇ ਆਰਮੀ ਵੀ ਲਗਾਉਣੀ ਪਈ ਆ। ਹੁਣ ਤੁਸੀਂ ਦੇਖੋ ਕਿ ਕੁਝ ਦਿਨਾਂ ਤੱਕ ਅਗਲੇ ਮਹੀਨੇ ਕ੍ਰਿਸਮਿਸ ਦਾ ਤਿਉਹਾਰ ਆਉਣ ਵਾਲਾ, ਤੇ ਵਿਦੇਸ਼ ਵਿੱਚ ਇਹ ਤਿਉਹਾਰ ਕਾਫੀ
प्रसिद्ध है, बड़ी दिलों चावान मनाया जाता, पर इस बार यह त्योहार भी फिका रहन की आस है, क्योंकि जिस तरह कोरोना वायरस फैलिया हुआ सरकार नहीं चाहती कि किसी भी तरह की ढिल दी जाए। इस करके जर्मनी भी दोबारा लॉकडाउन लगाने दी गल्लां कही जा रही ने। एंजला मार्कल ने जेडे उत्थे दे हुण लोकां दा गुस्सा उन्हां दे खिलाफ वधदा जा रहा है, उन्हां दा कहना है कि देश विच कोरोना वायरस ना फैले, इस करके सख्ती की जाऊगी, जबकि दूजे पासे लोग सड़कां ते आ चुके ने। हुण इसी तरह इटली की गल की जाए, इटली विच भी कोरोना वायरस के केस जेड़े आ ओह वध रहे आ। उत्थे दे सेहत मंत्री ने हुण कहा कि आउण वाले 10 दिन जेड़े आ बहुत अहम होणगे। रोबेरतो संप्रेजा नाम है सेहत मंत्री का, उन्होंने कहा कि आने वाले 10 दिन इस करके अहम होंगे क्योंकि जब कोरोना वायरस की शुरुआत होंगी है इटली में असर दिखाई देता है तो बहुत सारे लोग जेड़े आ मारे जाते हैं। उदो इटली के प्रधानमंत्री ने बड़ा दुख जाहिर किया कि उन्होंने तो यह मौत जो देख नहीं होंगे क्योंकि अणचाहिया मौत सी, ला इलाज बीमारी जी सी जिसकी अज तक वैक्सीन नहीं मिली, इसने अपना कहर बहुत बढ़ाया उदो। हुण फिर तो इटली विच इसका दूजे दौर का इन्फेक्शन का तेजी नाल वधना इस गल वल संकेत करता है कि लोग डरे हुए ने, सेहत विभाग डरिया होया, प्रशासन डरिया होया, इस करके कोई भी ढिल नहीं बरतना चाहते। वैसे देखण वाली गल है कि इटली वर्गे इंग्लैंड वर्गे मुल्क इन्ने एडवांस होने के बावजूद भी कोरोना नूं काबू नहीं कर पा रहे। इंग्लैंड वर्गे देश ने पूरी दुनिया से राज किया होया है, फिर भी कोरोना नूं काबू करन तों असमर्थ ने। अगर कोरोना एहो जे मुल्कां दे हथ खड़े करा सकता तां बाकी देशां दा की बनेगा। जी बिल्कुल संदीप, तुहाडी गल बिल्कुल सही है क्योंकि कोरोना वायरस ने टेक्नोलॉजी नहीं देखी, तकनीक नहीं देखी कि किस देश दे कोल किन्ने हथियार ने, किस देश दे कोल किन्नी समर्था है, किस देश कोल किन्नी पावर है। उन्हें अपना असर दिखाया, ताकतवर चीजा दब के रह गई। हुण इंग्लैंड की तुसीं गल कीती है, इंग्लैंड किसे वेले सुपर पावर देश मनिया जाता सी, अज सुपर पावर कोरोना के सामने हार के बह गया। जर्मन देखो तो कि पावरफुल हों, अज कोरोना के मोहरे थक के हार के बह गया। इटली देखो तो इलाज पखों गिणिया मनिया पर मनिया आ गिणती दे देशों में आंदा इलाज के पखों, पर अज उथे भी सेहत सिस्टम पूरा बिगड़ गया। कोरोना वायरस के केस इस इन्नी तेजी वध रहे कि हस्पतालों में बैडा की कमी घटती जा रही है। हालांकि वो देश यूरोप के दूजे देशों के मुकाबले, एशिया के देशों के मुकाबले बहुत ज्यादा उपर ने, पर कोरोना वायरस ने किसी नूं भी देखिया नहीं, सुनिया नहीं, सुपर पावर की आ, पर अपना असर जिहड़ा उह दिखाया। बिल्कुल जी बिल्कुल। ते अगे हुण गल करदे आ अमरीका की। अमरीका का बयान आया कि कोरोना वायरस की दवाई जिहड़ी आ दसंबर तक आ जाएगी, इस गल नूं लैके तुहाडा की कहना है? देखो संदीप, इनू लैके अजे भी चर्चा जिहड़ी शिखरां ते आ। हुण अमरीका की जेकर गल की जाए तो इस टाइम सब तो वध कोरोना वायरस का असर, कोरोना वायरस की इनफेक्शन जिहड़ी आ अमरीका विच फैली आ, ते सब तो वध मौतां भी उत्थे हुईआं, बड़ी दुखदाई गल है। पर हुण एक वक्री तरह की जंग छिड़ चुकी है देशां विच कि कोरोना वायरस की वैक्सीन कौन तैयार करेगा, जेकर दवाई तैयार हुंदी आ ते सब तो पहला टीका किस लगाया जाएगा, यह बड़िया आम जिहियां चर्चावां होई आ। हुण देखो अजे तक किसी भी देश ने कोरोना वायरस की वैक्सीन पूर्ण तौर पर तैयार करन दी गल नहीं कही। हालांकि दावा रूस ने भी किया कि उन्होंने कंपनी ने दवाई तैयार कर ली है, पर जो दवाई तैयार कर ली तो रूस में क्या बद रहे ने, अपने आप एक सवाल है। इस तो बाद असी इंग्लैंड की गल करते हैं। इंग्लैंड भी 3 दवाइया कही जा रही कि तैयार हो चुकी, पर आखिरी पड़ाव है। भारत में भी कई दवाइया तैयार करने की गल कही जा रही है, पर आखिरी पड़ाव पर आ। हुण अमरीका की पिछले दिन ही एक कंपनी ने दावा किया कि 90% उन्हां दी दवाई जिहड़ी है कारगर है कोरोना वायरस के रोगियों के लिए। बिल्कुल बिल्कुल हाँ जी, ए ट्रंप ने बयान दिता कि जिहड़ी दवाई तैयार हुई है ट्रंप के कार्यकाल विच तैयार हुई है। जी संदीप, इस गल ते भी आउंदे आ। मैं उस तो पहला अपनी एक गल तुहानूं दसदा कि अमरीका विच एक कंपनी ने जिहड़ी दवाई तैयार की आ वो कह रही है कि 90% साडी दवाई कारगर आ। अज एक होर कंपनी सामने आ रही है, वो कंपनी ने कहा कि साडी दवाई जिहड़ी है 94% 94% कारगर साबित हुई है। ये कंपनी हैगी मॉडर्ना। हुण जिहड़ी
ਪਿਛਲੇ ਦਿਨ ਹੀ ਕੰਪਨੀ ਆਈ ਸੀ, ਉਹ ਸੀ ਫਾਈਜ਼ਰ, ਇਹ ਹੈ ਮੋਡਰਨਾ। ਹੁਣ ਦੇਖੋ ਦੋਨੀ ਕੰਪਨੀਆਂ ਅਮਰੀਕਾ ਦੀਆਂ। ਹੁਣ ਕਿਸੇ ਵੀ ਕੰਪਨੀ ਨੇ ਇਹ ਗੱਲ ਨੀ ਕਹੀ ਕਿ ਦਵਾਈ 100% ਕਾਰਗਰ ਆ, ਕੁਝ ਫੀਸਦੀ ਇਹਦੇ ਵਿੱਚ ਵੀ ਰੱਖ ਲਿਆ, ਇਹਦੇ ਵਿੱਚ ਵੀ ਕੁੰਡੀਆਂ ਨੇ। ਹੁਣ ਕੀ ਲੱਗਦਾ ਕਿ ਕੰਪਨੀ ਦਾ ਸ਼ੇਅਰ ਡਿੱਗਿਆ ਉਹਨੂੰ ਉੱਪਰ ਚੁੱਕਣ ਲਈ ਗੱਲ ਕੀਤੀ ਜਾ ਰਹੀ ਹੈ? ਹੋ ਸਕਦਾ, ਚਰਚਾਵਾਂ ਚੱਲਦੀਆਂ ਨੇ ਬਾਜ਼ਾਰ ਵਿੱਚ। ਦੂਜੇ ਪਾਸੇ ਇਹ ਦੋਸ਼ ਲਗਾ ਰਿਹਾ ਜਾ ਰਿਹਾ ਕਿ ਜੋ ਬਾਈਡਨ ਜੋ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਨੇ, ਉਹਨਾਂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਕਿਉਂ ਐਲਾਨ ਕੀਤਾ? ਡੋਨਲਡ ਟਰੰਪ ਇਹ ਦੋਸ਼ ਲਗਾ ਰਹੇ ਨੇ ਕਿ ਉਹਨਾਂ ਨੂੰ ਹਰਾਉਣ ਦੇ ਲਈ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਜਿਹੜਾ ਐਲਾਨ ਆ ਉਹ ਉਹਨਾਂ ਦੇ ਚੋਣਾਂ ਤੋਂ ਬਾਅਦ ਕਿਉਂ ਕੀਤਾ ਗਿਆ? ਹੁਣ ਜਿਹੜੀ ਗੱਲ ਤੁਸੀਂ ਕਹਿੰਦੇ ਆ ਕਿ ਡੋਨਲਡ ਟਰੰਪ ਕਹਿ ਰਹੇ ਨੇ ਕਿ ਉਹਨਾਂ ਦੇ ਕਾਰਜਕਾਲ ਵਿੱਚ ਦਵਾਈ ਸਾਹਮਣੇ ਆਈ ਹੈ, ਬੜੀ ਆਪਣੇ ਆਪ ਵਿੱਚ ਇਹ ਇੱਕ ਗੱਲ ਹੈ। ਤੁਸੀਂ ਦੇਖੋ ਕਿ ਡੋਨਲਡ ਟਰੰਪ ਅਜੇ ਤੱਕ ਤਾਂ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ। ਬੀਤੀ ਰਾਤ ਉਹਨਾਂ ਨੇ ਇਹ ਕਹਿ ਵੀ ਦਿੱਤਾ ਕਿ ਜੋ ਬਾਈਡਨ ਜਿੱਤ ਗਏ ਨੇ, ਚੋਣਾਂ ਵਿੱਚ ਧਾਂਦਲੀ ਹੋਈ ਹੈ, ਜਿੱਤ ਗਏ ਨੇ ਮੰਨ ਲਿਆ। ਪਰ ਅੱਜ ਫਿਰ 16 ਘੰਟੇ ਬਾਅਦ ਉਸ ਸ਼ਖਸ ਨੇ ਉੱਠ ਕੇ ਟਵੀਟ ਕਰ ਦਿੱਤਾ ਕਿ ਮੈਂ ਆਪਣੀ ਹਾਰ ਮੰਨਣ ਨੂੰ ਤਿਆਰ ਹੀ ਨਹੀਂ, ਇਹ ਤਾਂ ਹੋਈ ਗੜਬੜੀ ਆ, ਮੇਰੀ ਜਿਹੜੀ ਕੰਪੇਨ ਸੀਗੀ ਉਹਦੇ ਵਿੱਚ ਗੜਬੜੀ ਹੋਈ ਆ। ਡੋਨਲਡ ਟਰੰਪ ਸਵੇਰੇ ਕੁਛ ਹੋਰ ਹੁੰਦੇ ਆ, ਸ਼ਾਮ ਨੂੰ ਕੁਛ ਹੋਰ ਹੁੰਦੇ ਆ, ਉਹ ਬਿਜ਼ਨਸਮੈਨ ਬੰਦੇ ਆ, ਕੁਛ ਵੀ ਕਰ ਸਕਦੇ, ਕੁਛ ਵੀ ਕਹਿ ਸਕਦੇ ਆ। ਪਰ ਜੇਕਰ ਆਪਾਂ ਕੋਰੋਨਾ ਦੀ ਵੈਕਸੀਨ ਤੇ ਗੱਲ ਕਰੀਏ ਤਾਂ ਮੋਡਰਨਾ ਨੇ ਹੁਣ ਦਾਅਵਾ ਕੀਤਾ ਕਿ ਉਹਨਾਂ ਦੀ ਦਵਾਈ 94% ਕਾਰਗਰ ਹੈ। ਪਰ ਸੰਦੀਪ, ਜੇਕਰ ਬਾਜ਼ਾਰ ਦੇ ਵਿੱਚ ਦਵਾਈ ਆਉਂਦੀ ਵੀ ਆ, ਵੈਕਸੀਨ ਆਉਂਦੀ ਵੀ ਆ, ਤੇ ਸਭ ਤੋਂ ਪਹਿਲਾਂ ਇਹੀ ਸਵਾਲ ਹੋਊਗਾ ਕਿ ਇਹ ਦਵਾਈ ਕਿਹਨਾਂ ਨੂੰ ਦਿੱਤੀ ਜਾਵੇ, ਕਿਉਂਕਿ ਇੱਕ ਪਾਸੇ ਡਾਕਟਰ ਨੇ, ਇੱਕ ਪਾਸੇ ਵਿਦਿਆਰਥੀ ਨੇ, ਬੱਚੇ ਨੇ, ਬਜ਼ੁਰਗ ਨੇ, ਨੌਜਵਾਨ ਨੇ। ਸੋ ਇੱਕ ਨਿਯਮ ਬਣਾਇਆ ਜਾਊਗਾ, ਇੱਕ ਪਲੈਨਿੰਗ ਕੀਤੀ ਜਾਊਗੀ ਕਿ ਯੋਜਨਾ ਬਣਾਈ ਜਾਊਗੀ ਕਿ ਆਖਿਰ ਦਵਾਈ ਪਹਿਲਾਂ ਦਿੱਤੀ ਕਿਹਨੂੰ ਜਾਵੇ, ਇਹ ਸਭ ਤੋਂ ਵੱਡੀ ਗੱਲ ਹੋਵੇਗੀ ਆਉਣ ਵਾਲੇ ਸਮੇਂ ਚ। ਹਾਂਜੀ ਬਿਲਕੁਲ ਜੀ, ਅਸੀਂ ਤਾਂ ਆਸ ਕਰਦੇ ਹਾਂ ਕਿ ਦਵਾਈ ਜਲਦ ਤੋਂ ਜਲਦ ਬਣ ਜਾਵੇ ਤੇ ਸਾਰੇ ਦੇਸ਼ਾਂ ਦੇ ਵਿੱਚ ਇਸ ਦਾ ਪ੍ਰਸਾਰ ਹੋ ਜਾਵੇ ਤਾਂ ਕਿ ਕੋਰੋਨਾ ਵਾਇਰਸ ਤੇ ਕਾਬੂ ਪਾਇਆ ਜਾ ਸਕੇ। ਹਾਂਜੀ ਡੋਨਲਡ ਟਰੰਪ ਦੀ ਤੁਸੀਂ ਗੱਲ ਕਰਦੇ ਆ, ਉਹਨਾਂ ਦੇ ਬਾਰੇ ਤਾਂ ਮੈਂ ਵੀ ਖਬਰਾਂ ਸੁਣੀਆਂ ਕਿ ਉਹ ਤਾਂ ਹਾਲੇ ਤੱਕ ਆਪਣੀ ਹਾਰ ਮੰਨਣ ਨੂੰ ਮਨਜ਼ੂਰ ਨਹੀਂ ਆ। ਜੀ ਬਿਲਕੁਲ ਸੰਦੀਪ, ਉਹ ਇਸੇ ਕਰਕੇ ਆ ਕਿਉਂਕਿ ਦੇਖੋ ਜਦੋਂ ਵੀ ਇੱਕ ਮੈਦਾਨ ਦੇ ਵਿੱਚ ਬੰਦੇ ਦੌੜਦੇ ਆ ਨਾ, ਹਰ ਇੱਕ ਬੰਦਾ ਜਦੋਂ ਦੌੜਦਾ ਹੈ, ਮੰਨ ਲਓ 6 ਬੰਦੇ ਦੌੜਦੇ ਆ, 6 ਵਿੱਚੋਂ ਕੋਈ ਵੀ ਨੀ ਇਹ ਚਾਹੁੰਦਾ ਕਿ ਮੈਂ ਹਾਰਾਂ, ਪਰ 6 ਦੇ ਵਿੱਚ ਇੱਕ ਖਾਸ ਗੱਲ ਹੁੰਦੀ ਹੈ, ਜਿੱਤਣਾ ਕਿਸੇ ਇੱਕ ਨੇ ਹੁੰਦਾ, ਪਹਿਲੇ ਨੰਬਰ ਤੇ ਕਿਸੇ ਇੱਕ ਨੇ ਆਉਣਾ ਹੁੰਦਾ, ਹੋ ਸਕਦਾ ਕਿ 2 ਵੀ ਆ ਜਾਂਦੇ ਆ, ਪਰ ਜ਼ਿਆਦਾਤਰ ਚਾਂਸ ਇਹੀ ਹੁੰਦੇ ਆ ਕਿ ਪਹਿਲੇ ਨੰਬਰ ਤੇ ਇੱਕ ਹੀ ਪਲੇਅਰ ਨੇ ਆਉਣਾ ਆ, ਦੂਜੇ ਨੰਬਰ ਤੇ ਇੱਕ ਹੀ ਪਲੇਅਰ ਨੇ ਆਉਣਾ ਆ, ਤੀਜੇ ਨੰਬਰ ਤੇ ਇੱਕ ਹੀ ਪਲੇਅਰ ਨੇ ਆਉਣਾ ਆ। ਹੁਣ ਦੇਖੋ ਜਿਹੜੇ ਸਾਰੇ ਬੰਦੇ ਹੁੰਦੇ ਆ ਇਕੱਠੇ ਮਿਹਨਤ ਕਰਦੇ ਆ, 6 ਦੇ 6 ਪਲੇਅਰ ਹੀ ਮਿਹਨਤ ਕਰਦੇ ਆ, ਦੌੜਦੇ ਨੇ, ਪਰ ਉਹਨਾਂ ਦੇ ਅਭਿਆਸ ਕਰਨ ਦਾ ਤਰੀਕਾ ਵੱਖਰਾ ਵੱਖਰਾ ਹੋ ਸਕਦਾ। ਇਸੇ ਤਰ੍ਹਾਂ ਚੋਣ ਮੈਦਾਨ ਵਿੱਚ ਉਮੀਦਵਾਰ ਉਤਰੇ ਸੀਗੇ, ਹੁਣ ਕੌਣ ਆਉਂਦਾ ਕਿ ਮੈਂ ਹਾਰਾਂ? ਡੋਨਲਡ ਟਰੰਪ ਤਾਂ ਪਹਿਲਾਂ ਹੀ ਰਾਸ਼ਟਰਪਤੀ ਸੀਗੇ, ਉਹ ਤਾਂ ਉਧਰੇ ਨੀ ਚਾਹੁੰਦੇ ਹੋਣਗੇ ਕਿ ਮੈਂ ਚੋਣਾਂ ਹਾਰਾਂ, ਮੈਂ ਇੱਕ ਵਾਰੀ ਫਿਰ ਰਾਸ਼ਟਰਪਤੀ ਬਣਾ, ਉਹਨਾਂ ਦੀ ਮਨ ਦੀ ਇੱਛਾ ਸੀ। ਪਰ ਜੋ ਬਾਈਡਨ ਨੇ ਇਸ ਵਾਰ ਮਿਹਨਤ ਕੀਤੀ ਹੈ, ਇਸ ਕਰਕੇ ਉਹਨਾਂ ਨੂੰ ਲੋਕਾਂ ਨੇ ਚੁਣਿਆ। ਅਮਰੀਕੀ ਇਤਿਹਾਸ ਵਿੱਚ ਇਸ ਵਾਰ ਤੁਸੀਂ ਦੇਖੋ ਸਭ ਤੋਂ ਵੱਧ ਵੋਟਾਂ ਪਈਆਂ, ਅੱਜ ਤੱਕ ਇੰਨੀਆਂ ਵੋਟਾਂ ਕਦੀ ਪਈਆਂ ਹੀ ਨਹੀਂ ਜਿੰਨੀਆਂ ਇਸ ਵਾਰ ਜੋ ਬਾਈਡਨ ਨੂੰ ਪਈਆਂ ਆ। ਇਹਦਾ ਮਤਲਬ ਇਹੀ ਹੈ ਕਿ ਲੋਕ ਫਤਵਾ ਜਿਹੜਾ ਹੈ ਉਹ ਜੋ ਬਾਈਡਨ ਨਾਲ ਹੈ। ਹੋ ਸਕਦਾ ਕਿ ਡੋਨਲਡ ਟਰੰਪ ਦੀਆਂ ਨੀਤੀਆਂ ਲੋਕਾਂ ਨੂੰ ਇਸ ਵਾਰ ਨਾ ਪਸੰਦ ਆਈਆਂ ਹੋਣ, ਜਿਸ ਕਰਕੇ ਡੋਨਲਡ ਟਰੰਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਡੋਨਲਡ ਟਰੰਪ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਗੇ, ਪਰ ਫਿਰ ਵੀ ਇਹੀ ਕਿਹਾ ਜਾ ਸਕਦਾ ਕਿ ਕਿਉਂਕਿ ਕੁਝ ਸੂਬਿਆਂ ਦੇ ਵਿੱਚ ਰੁਝਾਨ ਹੋਣੇ ਅਜੇ ਬਾਕੀ ਹੈ, ਪਰ ਮੈਨੂੰ ਲੱਗਦਾ ਨੀ ਨਿੱਜੀ ਤੌਰ ਤੇ ਕਿ ਉਹਨਾਂ ਦਾ ਅਸਰ ਜਿਹੜਾ ਹੈ ਜੋ ਬਾਈਡਨ ਦੀ ਜਿਹੜੀਆਂ ਵੋਟਾਂ ਇਕੱਠੀਆਂ ਕੀਤੀਆਂ ਨੇ ਉਹਦੇ ਉੱਪਰ ਪਊਗਾ। ਪਰ ਡੋਨਲਡ ਟਰੰਪ ਅਜੇ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਗੇ। ਚਲੋ ਦੇਰ ਹੈ, ਦਰੁਸਤ ਹੈ, ਹੋ ਸਕਦਾ ਇੱਕ ਦਿਨ ਮੰਨ ਹੀ ਲੈਣ। ਹਾਂਜੀ ਇਹ ਤਾਂ ਉਹਨਾਂ ਨੂੰ ਮੰਨਣਾ ਹੀ ਪਵੇਗਾ ਕਿਉਂਕਿ ਅਮਰੀਕਾ ਦੀ ਜਨਤਾ ਜੋ ਫੈਸਲਾ ਕੀਤਾ ਉਹਨਾਂ ਨੂੰ ਮਨਜ਼ੂਰ ਕਰਨਾ ਹੀ ਪਵੇਗਾ। ਜੀ ਨਵਜੀਤ ਜੀ, ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ, ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਰਾਬਤਾ ਕਰਾਂਗੇ। ਜੀ ਬਹੁਤ ਬਹੁਤ ਧੰਨਵਾਦ ਸੰਦੀਪ ਜੀ, ਮਿਹਰਬਾਨੀ, ਸ਼ੁਕਰੀਆ।